ഓ മാഷേ ആ മാഷേ ഓ യോ മാഷേ പിച്ചല് ത്രേ മോള് ആവുച്ചോ ഓ നിഹാ करेगा, राज करेगा खालसा राज करेगा खालसा राज करेगा खालसा पंथ की जीत पंथ की जीत झूलते निशान रहे पंथ महाराज के झूलते निशान रहे पंथ महाराज के बोले सोह नाल श्री सो अवतार लाडी मौत रे ना फर्क आनू दित्ता ਚੋਹਾ ਵੀਰਾਂ ਦੇ ਗੂੜੇ ਪਿਆਰੇ ਅੰਦਰ ਬਾਪੂ ਤੱਕਦਾ ਰਿਹਾ ਕੱਚੇ ਕਿਲੇ ਅੰਦਰੋਂ ਕਿੰਨਾ ਸਿੱਧਕ ਹੈ ਨਿੱਕੀ ਤਲਵਾਰ ਦੇ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਜੁਝਾਰ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰ ਦੇ ਅੰਦਰ ਦਾਦੀ ਤੱਕਿਆ ਬੁਰਜ ਦੀ ਛਾਤ ਵਿੱਚੋਂ ਦੋ ਫੁੱਲ ਇੱਟਾਂ ਦੇ ਪਹਾਰੇ ਅੰਦਰ ਅਰਸੋਂ ਦਾਦੇ ਸ਼ਹੀਦ ਨੇ ਛਾਤ ਮਾਰੀ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਦੇ ਅੰਦਰ ਕਿਸ ਤਰ੍ਹਾਂ ਜੂਜੇ ਸਹਬਜ਼ਾਦੇ ਦੋ ਮੈਦਾਨੇ ਅੰਦਰ ਦੋ ਦੀਵਾਰੇ ਅੰਦਰ ਦੋ ਮੈਦਾਨੇ ਅੰਦਰ ਦੋ ਦੀਵਾਰੇ ਅੰਦਰ ਬੋਲੇ ਸੋਨਹੁ ਸਿਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਰਵੰਸਦਾਨੀ ਮਰਦਿਆ ਗੰਬੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਬਜ਼ਾਦੇ ਮਾਤਾ ਗੁਜਰਕੌਰ ਮੋਤੀराम ਮਹਿਰਾ ਅਤੇ ਅਨੇਕਾਂ ਹੀ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਡਿਸਟ੍ਰਿਕਟ ਕਠੂਆ ਵਿਖੇ ਪਹਿਲੀ ਵਾਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ 29 ਤਾਰੀਖ ਨੂੰ ਬਾਣ ਨੰਬਰ 19 ਨੈਨਸੂ ਕਲੋਨੀ ਸ਼ਿਵਨਗਰ ਵਿਖੇ ਕਰਵਾਇਆ ਜਾ ਰਿਹਾ ਹੈ ਸਿੱਖ ਨੌਜਵਾਨ ਸਭਾ ਕਟੂਆ ਡਿਸਟ੍ਰਿਕਟ ਕਮੇਟੀ ਨੈਂਸੂ ਕਲੋਨੀ ਦੀ ਡਿਸਟ੍ਰਿਕਟ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਜੋ ਮਹਾਨ ਗੁਰਮਤ ਸਮਾਗਮ ਹੈ 29 ਤਾਰੀਖ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਂ ਪ੍ਰਸਿੱਧ ਰਾਗੀ ਜਥੇ ਪਹੁੰਚ ਰਹੇ ਹਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂਰਪੁਰੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਚੋਹਾਲਾ ਜੰਮੂ ਤੋਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਓਗਰਾ ਅਤੇ ਸਾਡੇ ਗੁਰਸਿੱਖ ਸੈਲੀਬ੍ਰਿਟੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੋ ਕਿ ਸਪੈਸ਼ਲ ਤੌਰ ਤੇ ਸਾਡੇ ਕਠੂਆ ਦੇ ਨੌਜਵਾਨ ਵੀਰਾਂ ਦਾ ਹੌਸਲਾ ਵਧਾਈ ਕਰਨ ਦੇ ਲਈ ਪਹੁੰਚ ਰਹੇ ਹਨ ਕਠੂਏ ਦੀ ਜੰਮੂ ਦੀ ਆਲ ਸਿੱਖ ਸੰਗਤ ਨੂੰ ਇਹ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਇਸ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਦਿਓ ਆਪਣਾ ਹਿੱਸਾ ਬਣੋ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਰਾਤ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਨੇ ਆਪਣੀ ਹਾਜ਼ਰੀ ਲਵਾਣੀ ਹੈ ਅਤੇ ਯਾਦ ਰੱਖੇ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਣਾ ਹੈ ਔਰ ਆਪਣੇ ਜੋ ਸਾਡੇ ਸਹਬਜ਼ਾਦੇ ਮਾਤਾ ਗੁਜਰਕੌਰ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਅਸੀਂ ਮਿਲ ਕੇ ਸਾਰੀ ਸੰਗਤ ਨੇ ਉਸ ਰਾਤ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਉਹ ਇੱਧਰ ਉਹ ਇੱਧਰ ਫੀਟ ਪਾਇਨਾ ਇੱਧਰ ਹੋਇਆ ਠੀਕ ਹੈ ਲੋ ਬੰਪੀ ਇੱਧਰ ਹੋ ਦੇ ਜੀ ਇੱਧਰ ਜੀ ਇੱਧਰ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੈਨਸੂ ਕਲੋਨੀ ਸ਼ਿਵਾਨਗਰ ਵਿਖੇ ਹੋ ਰਹੀ ਹੈ ਔਰ ਜਿਵੇਂ ਕਿ ਮੇਰੇ ਵੀਰ ਲਖਵਿੰਦਰ ਸਿੰਘ ਬੰਪੀ ਨੇ ਤੁਹਾਨੂੰ ਪੂਰੇ ਪ੍ਰੋਗਰਾਮ ਦਾ ਵੇਰਵਾ ਦਿੱਤਾ ਹੈ ਕਿਉਂਕਿ ਇਹ ਜਿਹੜਾ ਸਮਾਗਮ ਹੈ ਇਹ ਸਹਿਬਜ਼ਾਦੀਆਂ ਅਤੇ ਸਤਕਾਰਯੋਗ ਮਾਤਾ ਗੁਜਰਕੌਰ ਜੀ ਦੀ ਮਿੱਠੀ ਯਾਦੇ ਅੰਦਰ ਹੈ ਸਾਰਾ ਸੰਸਾਰ ਭਰ ਇਹ ਗੱਲ ਜਾਣਦਾ ਹੈ ਕਿ ਮਾਤਾ ਗੁਜਰਕੌਰ ਅਤੇ ਸਹਿਬਜ਼ਾਦੀਆਂ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਇਹ ਪੂਰੀ ਦੁਨੀਆ ਇਸ ਸ਼ਹਾਦਤ ਨੂੰ ਭੁਲਾ ਨਹੀਂ ਸਕਦੀ ਨਾ ਹੀ ਉਸ ਸ਼ਰਿਆ ਦੇ ਕਾਨੂੰਨ ਨੂੰ ਭੁਲਾ ਸਕਦੀ ਹੈ ਜਿਹਦੇ ਤਹਿਤ ਉਹਨਾਂ ਮਾਸੂਮ ਜਿੰਦਾਂ ਨੂੰ ਚਾਰ ਜਿੰਦਾ ਨੂੰ ਜਿਹੜਾ ਹੈ ਉਹ ਸ਼ਹੀਦੀ ਦਿੱਤੀ ਗਈ ਸੀ ਸੋ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਵਲ ਸਿੱਖਾਂ ਦੇ ਹੀ ਨਹੀਂ ਪੂਰੇ ਸੰਸਾਰ ਦੇ ਪਿਤਾ ਹਨ ਕਿਉਂਕਿ ਉਹਨਾਂ ਦਾ ਹੁਕਮ ਹੈ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਹੇ ਤੋਂ ਕੀਆ ਹੁਆ ਜੀਵਿਤ ਕਈ ਹਜ਼ਾਰ ਸੰਸਾਰ ਦੇ ਇਤਿਹਾਸ ਵਿੱਚ ਐਸਾ ਪਿਤਾ ਜਿਹੜਾ ਕਿ ਆਪਣਾ ਸਰਬੰਸਦਾਨ ਕਰਕੇ ਇੱਕ ਨਹੀਂ ਦੋ ਨਹੀਂ ਆਪਣੇ ਪਰਿਵਾਰ ਦੇ ਐਸੇ ਸਾਰੇ ਦਾਦੇ ਜੀ ਤੋਂ ਲੈ ਕੇ ਆਪਣੇ ਬੱਚਿਆਂ ਤੱਕ ਆਪਣੀ ਮਾਤਾ ਤੱਕ ਜਿਨੇ ਸ਼ਹੀਦ ਕਰਵਾ ਦਿੱਤੀ ਹੋਏ ਤੇ ਫਿਰ ਇਹ ਕਿਹਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਹੇ ਤੋ ਕਿਆ ਹੁਆ ਜੀਵਿਤ ਕਈ ਹਜ਼ਾਰ ਇਸ ਸਾਰੇ ਸੰਸਾਰ ਨੂੰ ਧਰਮੀ ਬਣਾਉਣ ਦੀ ਖਾਤਰ ਇਸ ਸੰਸਾਰ ਤੇ ਧਰਮ ਨੂੰ ਜਿੰਦਾ ਰੱਖਣ ਦੀ ਖਾਤਰ ਉਹਨਾਂ ਦੀ ਜਿਹੜੀ ਸ਼ਹਾਦਤ ਪੂਰੇ ਪਰਿਵਾਰ ਦੀ ਸ਼ਹਾਦਤ ਹੋਈ ਹੈ ਸੋ ਅਸੀਂ ਸਾਰੇ ਨੌਜਵਾਨ ਮਿਲ ਕੇ ਨੌਜਵਾਨ ਸਭਾ ਕਟੂਆ ਅਤੇ तमाम ਜ਼ਿਲੇ ਦੇ ਨੌਜਵਾਨ ਮਿਲ ਕੇ ਔਰ ਜਿਹੜੀ ਖਾਸ ਤੌਰ ਤੇ ਜਿਹੜੀ ਨੈਨਸੂ ਕਲੋਨੀ ਸ਼ਿਵਾਨਗਰ ਕਠੂਆ ਦੀ ਜਿਹੜੀ ਮੌਜੂਦਾ ਕਮੇਟੀ ਹੈ ਉਸ ਕਮੇਟੀ ਦੀ ਮੈਂ ਜਿੰਨੀ ਤਾਰੀਫ ਕਰਾਂ ਉਨੀ ਥੋੜੀ ਹੈ ਕਿਉਂਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਸ਼ਹਿਰ ਦੇ ਸੈਂਟਰ ਦੇ ਵਿੱਚ ਗੁਰਦੁਆਰਾ ਹੈ ਔਰ ਮੈਂ ਸਮਝਦਾ ਹਾਂ ਕਿ ਬੜੇ ਸੂਝਵਾਨ ਵਿਅਕਤੀਕਤ ਬਹੁਤ ਸੂਝਵਾਨ ਲੋਕ ਹਨ ਔਰ ਇਸ ਇਸ ਕਮੇਟੀ ਦੇ ਪ੍ਰਧਾਨ ਸਾਹਿਬ ਇੱਥੋਂ ਦੇ ਜਿਹੜੇ ਮੌਜੂਦਾ ਡੀਜੀਪੀਸੀ ਮੈਂਬਰ ਗੁਰਸੇਖ ਖਣ वीर हरपजन सिंह जी ਉਹਨਾਂ ਦਾ ਵੀ ਪੂਰਾ ਸਹਿਯੋਗ ਨੌਜਵਾਨਾਂ ਨੂੰ ਮਿਲ ਰਿਹਾ ਹੈ ਪ੍ਰਧਾਨ ਸਾਹਿਬ ਵਾਈਸ ਪ੍ਰਧਾਨ ਸਾਹਿਬ ਸਮੂਹ ਕਮੇਟੀ ਮਿਲ ਕੇ ਉਹਨਾਂ ਨੇ ਨੌਜਵਾਨਾਂ ਦਾ ਪ੍ਰਪੋਜ਼ਲ ਜਦੋਂ ਲਿਖਤੀ ਰੂਪ ਦੇ ਵਿੱਚ ਕਮੇਟੀ ਪਾਸ ਗਿਆ ਤੇ ਕਮੇਟੀ ਨੇ ਭਰਮਾ ਹੰਗਾਰਾ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਹੀਦਾਂ ਦੇ ਦਿਨ ਹਨ ਖਾਸ ਕਰਕੇ ਸੈਭਜਾਦਿਆਂ ਦੇ ਦਿਨ ਹਨ ਇਹ ਨੌਜਵਾਨਾਂ ਨੂੰ ਬਣਾਉਣੇ ਚਾਹੀਦੇ ਹਨ ਪੂਰੀ ਨੈਨਸੂ ਕਲੋਨੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰੇ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਪੂਰੀ ਨੌਜਵਾਨਾਂ ਦੀ ਪਿੱਠ ਥੱਪਤ ਪਾਈ ਔਰ ਇਹ ਪੂਰੀ ਵਚਨਬੱਤਤਾ ਦਿੱਤੀ ਹੈ ਕਿ ਪੂਰੇ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਤਰੀਕੇ ਦੇ ਨਾਲ ਨੌਜਵਾਨਾਂ ਦਾ ਸਹਿਯੋਗ ਕਰਾਂਗੇ ਔਰ ਇਹ ਕਰਨਾ ਵੀ ਚਾਹੀਦਾ ਹੈ ਕਿਉਂਕਿ ਅਗਰ ਨੌਜਵਾਨਾਂ ਦਾ ਸਹਿਯੋਗ ਇਸੇ ਤਰ੍ਹਾਂ ਗੁਰੂ ਘਰ ਦੀਆਂ ਕਮੇਟੀਆਂ ਕਰਨ ਤਾਂ ਜੋ ਨੌਜਵਾਨ ਇਸੇ ਤਰ੍ਹਾਂ ਹੀ ਨਸ਼ੇ ਤੋਂ ਦੂਰ ਹੋ ਕੇ ਤੇ ਮੈਂ ਸਮਝਦਾ ਹਾਂ ਕਿ ਸਮਾਜ ਸੇਵਾ ਔਰ ਪੰਥ ਦੀ ਸੇਵਾ ਵੱਲ ਅਗਰ ਅਸਰ ਹੋਣਗੇ ਤਾਂ ਹੀ ਇੱਕ ਚੰਗਾ ਸਮਾਜ ਜਿਹੜਾ ਆ ਬਣਾਇਆ ਜਾ ਸਕਦਾ ਹੈ ਮੈਂ ਅਖੀਰ ਦੇ ਵਿੱਚ ਇੱਕ ਵਾਰ ਫਿਰ ਇੱਥੋਂ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਰਦਾ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਅਸੀਂ ਦੇਖੀਏ ਉਹਨਾਂ ਦਾ ਇਤਿਹਾਸ ਬੜਾ ਲਾਸਾਨੀ ਇਤਿਹਾਸ ਹੈ ਉਹਨਾਂ ਨੇ ਵੀ ਸਿੱਖਾਂ ਕੋਲੋਂ ਨੌਜਵਾਨੀਆਂ ਮੰਗੀਆਂ ਸਨ ਔਰ ਜ਼ੁਲਮ ਦੇ ਖਿਲਾਫ ਉਹਨਾਂ ਨੇ ਦੋ ਕਿਰਪਾਨਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਧਾਰਨ ਕਰਕੇ ਤੇ ਇਸ ਸਮਾਜ ਤੇ ਧਰਮ ਨੂੰ ਬਚਾਉਣ ਖਾਤਰ ਜੰਮ ਕੀਤੀ ਹੈ ਸੋ ਜਿਹੜਾ ਪ੍ਰੋਗਰਾਮ ਹੈ 29 ਤਰੀਕ ਨੂੰ ਇਹ ਪ੍ਰੋਗਰਾਮ ਰਾਤ 6 ਤੋਂ 12 ਵਜੇ ਤੱਕ ਦਾ ਸਮਾਗਮ ਹੈ ਜਿਵੇਂ ਕਿ ਇਸ ਸਮਾਗਮ ਦੇ ਵਿੱਚ ਜਿਹੜੀ ਖਿੱਚ ਦਾ ਕੇਂਦਰ ਹੈ ਉਹ ਸਾਡੇ ਗੁਰਸਿੱਖ ਆਰਟਿਸਟ ਔਰ ਮੈਂ ਸਮਝਦਾ ਹਾਂ ਕਿ ਸਿੱਖ ਆਈਕਨ ਜਿਨ੍ਹਾਂ ਨੇ ਪੂਰਾ ਦਾੜਾ ਪ੍ਰਕਾਸ਼ ਰੱਖਿਆ ਹੈ ਔਰ ਉਹਨਾਂ ਦੀ ਖੂਬਸੂਰਤ ਦਸਤਾਰ ਦੇ ਉੱਪਰ ਪੂਰੀ ਦੁਨੀਆ ਮੋਹਿਤ ਹੈ ਔਰ ਉਹਨਾਂ ਨੇ ਪਾਲੀਵੁੱਡ ਦੇ ਅੰਦਰ ਔਰ ਵਾਲੀਵੁੱਡ ਦੇ ਅੰਦਰ ਸਰਦਾਰ ਵੀਰ ਸਿੰਘ ਨੇ ਆਪਣਾ ਨਾਮ ਕਮਾਇਆ ਹੈ ਔਰ ਅਸੀਂ ਸਟੇਜ ਤੇ ਖੜਾ ਕਰਕੇ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਕੋਈ ਗੁਰਸਿੱਖ ਹੋ ਕੇ ਵੀ ਆਰਟਿਸਟ ਬਣ ਸਕਦਾ ਹੈ ਕੋਈ ਗੁਰਸਿੱਖ ਹੋ ਕੇ ਵੀ ਇੱਕ ਅੱਛਾ ਸਿੰਗਰ ਇੱਕ ਅੱਛਾ ਕਲਾਕਾਰ ਬਣ ਸਕਦਾ ਹੈ ਇਸ ਲਈ ਅਸੀਂ ਵਿਸ਼ੇਸ਼ ਤੌਰ ਤੇ ਆਪਣਾ ਸਰਦਾਰ ਵੀਰ ਸਿੰਘ ਜੀ ਨੂੰ ਪੰਜਾਬ ਚੋਂ ਅਸੀਂ ਬੁਲਾ ਰਹੇ ਹਾਂ ਦੂਸਰੇ ਜਿਹੜੇ ਕਿ ਬਹੁਤ ਹੀ ਪੰਥ ਪ੍ਰਸਿੱਧ ਸਰਬਜੀਤ ਸਿੰਘ ਨੂਰਪੁਰੀ ਜਿਹੜੇ ਕਿ ਹਮੇਸ਼ਾ ਹੀ ਨੌਜਵਾਨਾਂ ਦੇ ਦਿਲ ਦੀ ਧੜਕਣ ਰਹਿਣ ਉਹ ਵੀ ਅਸੀਂ ਵਿਸ਼ੇਸ਼ ਤੌਰ ਤੇ ਬਰਾ ਦੇ ਹਾਂ ਔਰ ਐਸਜੀਪੀਸੀ ਦੇ ਸਾਡੇ ਪਾਸ ਕਥਾਵਾਚਕ ਸਰਦਾਰ ਬਲਦੇਵ ਸਿੰਘ ਭਾਈ ਬਲਦੇਵ ਸਿੰਘ ਜੀ ਵੀ ਆ ਰਹੇ ਹਨ ਔਰ ਇੱਥੋਂ ਦੇ ਜਿਹੜੇ ਸਾਡੇ ਸਥਾਨਕ ਜਥੇ ਹਨ ਦੋ ਤਿੰਨ ਜਥੇ ਸਾਡੇ ਕੋਲ ਬੱਚਿਆਂ ਦੇ ਵੀ ਹਨ ਛੋਟੇ ਬੱਚਿਆਂ ਦੇ ਅਸੀਂ ਉਹਨਾਂ ਨੂੰ ਵੀ ਪ੍ਰਮੋਟ ਕਰਾਂਗੇ ਸੋ ਸਮੂਹ ਡਿਸਟ੍ਰਿਕਟ ਕਠੂਆ ਦੀ ਅਤੇ ਜੰਮੂ ਤੱਕ ਜਿੱਥੋਂ ਤੱਕ ਇਹ ਮੀਡੀਆ ਦੀ ਆਵਾਜ਼ ਜਾਂਦੀ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਪਹਿਲੀ ਵਾਰ ਨੌਜਵਾਨ ਸਭਾ ਕਠੂਆ ਮਿਲ ਕੇ ਤਮਾਮ ਨੌਜਵਾਨ ਮਿਲ ਕੇ ਸ਼ਹੀਦਾਂ ਦੇ ਨਾਮ ਉਪਰ ਇੱਕ ਵੱਡਾ ਉਪਰਾਲਾ ਕਰ ਰਹੇ ਹਨ ਔਰ ਸਾਰਿਆਂ ਨੇ ਹੀ ਨੌਜਵਾਨਾਂ ਦੀ ਜਿਹੜੀ ਹੌਸਲਾ ਬਜਾਈ ਕਰਨੀ ਹੈ ਔਰ ਸਾਰਿਆਂ ਨੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਔਰ ਸਹਿਬਜ਼ਾਦਿਆਂ ਨੂੰ ਜਿਹੜੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨੇ ਹਨ ਮੋਤੀ ਮਹਿਰਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨੇ ਹਨ ਇੱਕ ਚੀਜ਼ ਮੈਂ ਲਾਸਟ ਦੇ ਵਿੱਚ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਹੀ ਕਈ ਲੰਮੇ ਸਾਲਾਂ ਤੋਂ ਲਖਵਿੰਦਰ ਸਿੰਘ ਬੰਪੀ ਵੀਰ ਜੀ ਆਪਣਾ ਇੰਦਰਪਾਲ ਸਿੰਘ ਵਿੱਕੀ ਰਿੱਕੀ ਵੀਰ ਜੀ ਇਹਨਾਂ ਦੀ ਸਮੂਹ ਟੀਮ ਮਿਲ ਕੇ ਲੰਬੇ ਸਮੇਂ ਤੋਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਦੁੱਧੇ ਲੰਗਰ ਦੀ ਸੇਵਾ ਜਿਹੜੀ ਨੌਜਵਾਨਾਂ ਵੱਲੋਂ ਚੱਲਦੀ ਹੈ ਉਹ ਵੀ ਜਿਹੜੀ ਸਾਡੀ ਸੇਵਾ ਜਾਰੀ ਰਹੇਗੀ 28 ਤਰੀਕ ਤੱਕ ਉਹਦੇ ਵਿੱਚ ਵੀ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਪ ਜੀ ਆਪਣਾ ਪੂਰਾ ਸਹਿਯੋਗ ਕਰੋ ਅਖੀਰ ਦੇ ਵੀ ਸਮੂਹ ਸੰਗਤ ਨੂੰ ਸੱਦਾ ਹੈ ਕਿ ਨੌਜਵਾਨਾਂ ਵੱਲੋਂ ਸਮੂਹ ਨੌਜਵਾਨਾਂ ਵੱਲੋਂ ਸੱਦਾ ਹੈ ਕਿ ਆਪ ਜੀ 29 ਤਰੀਕ ਰਾਤ 6 ਵਜੇ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੈਂਸੂ ਕਲੋਨੀ ਕਟੂਆ ਪਹੁੰਚ ਕੇ ਤੇ ਆਪ ਜੀ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਹੈ ਸ਼ਹੀਦਾਂ ਨੂੰ ਯਾਦ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਇੰਨੀ ਹੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ